मेरा वीर छोटा छोटा जिहा गाना सुना रहा, दो लैणा आउण दे आउण दे आउण दे। आ बैठा हुण डड्डू वांगू इत्थे इकट्ठा होया। तैनूं औसम औसम लगदा कालजे मचा देंगे, शेषनाग लड़ा देंगे। ਹਾਂਜੀ ਗਾਇਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵੀਡੀਓ 'ਚ। ਅਤੇ ਅੱਜ ਮੈਂ ਜਾ ਰਿਹਾ ਆਪਣੇ ਦੋਸਤ ਗਗਨ ਕੋਲ, ਅਤੇ ਅਸੀਂ ਡਿਸਕਸ ਕਰ ਰਹੇ ਹਾਂ, ਸਾਡੇ ਇੱਕ ਪਲੈਨ ਹੈ ਇੱਕ ਨਵੇਂ ਚੈਨਲ ਦਾ, ਜਿਹੜਾ ਕਿ ਸ਼ਾਰਟਸ ਮੂਵੀਜ਼ ਲਈ ਹੋਊਗਾ। ਅਤੇ ਉਮੀਦ ਕਰਦਾ ਤੁਸੀਂ ਰੱਜ ਕੇ ਸਪੋਰਟ ਕਰੋਗੇ, ਰੱਜ ਕੇ ਸਾਥ ਦਿਓਗੇ, ਤਾਂ ਜਲਦੀ ਅਨਾਊਂਸ ਕਰਦੇ ਹਾਂ ਅਸੀਂ ਆਪਣਾ ਨਵਾਂ ਚੈਨਲ। ਜਲਦੀ ਤੁਹਾਨੂੰ ਮਿਲਦੇ ਹਾਂ ਇੱਕ ਨਵੀਂ ਖਬਰ ਦੇ ਨਾਲ, ਅਤੇ ਬਣੇ ਰਹੋ ਬਲੌਗ 'ਚ, ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ, ਅਤੇ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਮੈਂ ਤੁਰਨ ਲੱਗਿਆ ਸੀ ਘਰੋਂ ਗਗਨ ਕੋਲ ਜਾਣ ਲਈ, ਅਤੇ ਘਰੋਂ ਫਿਰ ਸਖਤ ਆਰਡਰ ਲਾ ਕੇ ਕਹਿੰਦੇ ਪਹਿਲਾਂ ਤੁਸੀਂ ਜਾਓ ਝੋਨੇ 'ਚ ਖੇਤ ਮੋਟਰ ਛੱਡ ਕੇ ਆਓ, ਤਾਂ ਪਹਿਲਾਂ ਆਪਾਂ ਚੱਲਦੇ ਹਾਂ ਖੇਤ ਮੋਟਰ ਛੱਡ ਆਈਏ, ਉਸ ਤੋਂ ਬਾਅਦ ਕਰਦੇ ਹਾਂ ਗਗਨ ਕੋਲ ਬੈਠ ਕੇ ਆਪਾਂ ਘਰੇ ਗੱਲ। ਆਪਾਂ ਪਹੁੰਚ ਗਏ ਜੀ ਖੇਤ। ਆਪਾਂ ਸਭ ਤੋਂ ਪਹਿਲਾਂ ਤਾਂ ਇਹ ਮੋਟਰ ਵਾਲਾ ਨੱਕਾ ਬੰਦ ਕਰਨਾ, ਜਿਹੜੀ ਕਿ ਆਪਣੀ ਪਾਈਪਲਾਈਨ ਹੈਗੀ ਆ, ਅਤੇ ਇਹ ਪਿੱਛੋਂ ਇੱਕ ਛੋਟੀ ਜਿਹੀ ਮੋਟਰ ਆ ਜਿਹੜੀ ਉੱਥੇ ਤੁਹਾਨੂੰ ਦਿਖਾਈ ਨਹੀਂ ਦੇ ਰਹੀ, ਬਾਅਦ 'ਚ ਤੁਹਾਨੂੰ ਦਿਖਾਉਣਾ ਜਾ ਕੇ। ਇੱਥੋਂ ਇਹ ਆਪਣੀ ਪਾਈਪਲਾਈਨ ਦਾ ਨੱਕਾ ਆ, ਅਤੇ ਇਹ ਅੱਗੇ ਜਾਂਦਾ ਉਹ ਉਸ ਪੈਦੇ ਗੋਲ ਦੀ ਥੋੜ੍ਹਾ ਅੱਗੇ ਜਾਂਦਾ ਆ, ਅਤੇ ਇੱਥੋਂ ਆਪਾਂ ਨੱਕਾ ਬੰਦ ਕਰ ਦਾਂਗੇ ਤਾਂ ਪਾਣੀ ਅੱਗੇ ਆਪਣੇ ਝੋਨੇ 'ਚ ਖੇਤ ਪਹੁੰਚਦਾ ਹੋ ਜੂਗਾ। ਮੇਰਾ ਛੋਟਾ ਵੀਰ ਗੱਗੂ ਬਰਾੜ ਸਾਡਾ ਕਰ ਰਿਹਾ ਨੱਕਾ ਬੰਦ, ਅਤੇ ਇਸ ਤੋਂ ਪਾਣੀ ਪਹੁੰਚਦਾ ਹੋ ਜੂਗਾ ਆਪਣਾ ਅੱਗੇ ਆਪਣੇ ਖੇਤ 'ਚ। ਅਤੇ ਹੁਣ ਆਪਾਂ ਚੱਲਦੇ ਅੱਗੇ ਮੋਟਰ ਵੱਲ, ਮੋਟਰ ਨੂੰ ਔਨ ਕਰਾਈਏ। ਮੋਟਰ ਪਈ ਆ ਬੰਦ, ਅਤੇ ਮੌਸਮ ਕਾਫੀ ਖਤਰਨਾਕ ਹੋਇਆ ਪਿਆ, ਅਤੇ ਸ਼ਹਿਰਾਂ ਵਾਲਿਆਂ ਵਾਸਤੇ ਤਾਂ ਇਹ ਮੌਸਮ ਔਸਮ ਹੁੰਦਾ, ਪਰ ਪਿੰਡਾਂ ਵਾਲਿਆਂ ਦੇ ਤਾਂ ਇਸ ਰੁੱਤ ਪਿੱਸੂ ਪਏ ਹੁੰਦੇ ਆ, ਜਦੋਂ ਪੱਕੀ ਫਸਲ 'ਤੇ ਡਰ ਹੁੰਦਾ ਕਿ ਮੀਂਹ ਨਾ ਵਰ ਜਾਵੇ। ਆ ਬੈਠਾ ਹੁਣ ਡੱਡੂ ਵਾਂਗੂ ਇੱਥੇ ਇਕੱਠਾ ਹੋਇਆ, ਅਤੇ ਆ ਮੇਰੇ ਵੀਰ ਨੇ ਨਾਟਕ ਕੱਸਦੇ ਕੱਸਦੇ ਇੱਕ ਛੋਟਾ ਜਿਹਾ ਸਿਆਪਾ ਕਰਤਾ, ਅਤੇ ਵੈਸੇ ਸਿਆਪਾ ਵੀ ਨਹੀਂ ਕਹਿ ਸਕਦੇ, ਕੁਛ ਨਹੀਂ ਤਾਂ ਪਾਣੀ 'ਚ ਅੱਗੇ ਚਲਾ ਜਾਊਗਾ। ਨਾਟ ਜਿਹੜਾ ਹੈਗਾ ਛੋਟੀ ਟਿੰਬਰੀ, ਅਤੇ ਉਹ ਵਿੱਚ ਡਿੱਗ ਪਈ, ਬਸ ਹੋਰ ਤਾਂ ਕੋਈ ਚੱਕਰ ਨਹੀਂ, ਸਾਡੇ ਕੋਲ ਇੱਕ ਟਿੰਬਰੀ ਦੀ ਘਾਟ ਹੋ ਗਈ, ਤਾਂ ਇਹ ਚਾਰ ਨਾਟ ਲਾਉਣੇ ਸੀ ਆਪਾਂ ਨੱਕੇ ਦੇ ਉੱਤੇ ਇੱਥੇ, ਤਾਂ ਹੁਣ ਇੱਕ ਟਿੰਬਰੀ ਦਾ ਨਾਟ ਘੱਟ ਰਹਿ ਜੂਗਾ। ਚੱਲ ਕੋਈ ਨਾ, ਅੱਜ ਆਪਾਂ ਤਿੰਨਾਂ ਨਾਲ ਹੀ ਕੰਮ ਚਲਾਵਾਂਗੇ, ਅਤੇ ਪਾਣੀ ਤਾਂ ਫਿਰ ਵੀ ਚੱਲਦਾ ਹੋਜੂ, ਹਲਕਾ ਫੁਲਕਾ ਹੋ ਸਕਦਾ ਥੋੜ੍ਹਾ ਜਿਹਾ ਲੀਕ ਰਹਿ ਜਾਵੇ। ਕਰਤਾ ਟਾਇਰ ਅਤੇ ਨੱਕੇ ਦੇ ਲਾ ਦੇ ਨਾਟ, ਅਤੇ ਹੁਣ ਆਪਾਂ ਚੱਲਦੇ ਹਾਂ ਮੋਟਰ ਵੱਲ ਨੂੰ। ਇਹ ਰਿਹਾ ਜੀ ਆਪਣੀ ਮੋਟਰ, ਅਤੇ ਨਾਲ ਹੈਗਾ ਆਪਣਾ ਛੋਟਾ ਜਿਹਾ ਕਮਰਾ ਮੋਟਰ ਵਾਲਾ। ਅਤੇ ਐਕਚੁਅਲੀ ਇਹ ਛੋਟਾ ਕਿਉਂ ਆ, ਇਹਦੇ ਛੋਟੇ ਹੋਣ ਦਾ ਰੀਜ਼ਨ ਇਹ ਆ ਕਿ ਇਹ ਜਿਹੜੀ ਵੱਟ ਹੈਗੀ ਇਹ ਪਹਿਲਾਂ ਇੱਧਰ ਹੁੰਦੀ ਸੀ, ਅਤੇ ਸਾਡੇ ਮੋਟਰ ਵਾਲਾ ਕਮਰਾ ਹੁੰਦਾ ਸੀ ਇੱਥੇ ਇਸ ਜਗ੍ਹਾ 'ਤੇ। ਅਤੇ ਹੋਇਆ ਕਿ ਜਦੋਂ ਖੇਤ ਦੀ ਮਿਣਤੀ ਹੋਈ ਸੀ ਇਸ ਦੀ, ਅਤੇ ਇੱਥੇ ਮਿਣਤੀ ਹੋਣ ਤੋਂ ਬਾਅਦ ਇਹ ਵੱਟ ਇੱਧਰੋਂ ਇੱਧਰ ਚਲੀ ਗਈ, ਜਿਹੜਾ ਕਿ ਉਸ ਤੋਂ ਬਾਅਦ ਸਾਨੂੰ ਉਹ ਕਮਰਾ ਢਾਉਣਾ ਪਿਆ, ਅਤੇ ਢਾ ਕੇ ਛੋਟਾ ਜਿਹਾ ਕਮਰਾ ਰੱਖ ਦਿੱਤਾ ਆਪਾਂ ਇੱਥੇ। ਉਹ ਕਮਰਾ ਢਾਉਣ ਤੋਂ ਬਾਅਦ ਆਪਾਂ ਛੋਟਾ ਕਮਰਾ ਬਣਾ ਦਿੱਤਾ ਇੱਥੇ, ਅਤੇ ਜਿਹੜਾ ਕਿ ਸਿਰਫ ਹੁਣ ਬਸ ਸਟਾਰਟਰ ਦੇ ਚਲਾਉਣ ਦਾ ਹੀ ਕੰਮ ਆਉਂਦਾ, ਅਤੇ ਆਪਾਂ ਕਰ ਦਈਏ ਮੋਟਰ ਔਨ, ਅਤੇ ਭਈਆ ਵੀ ਦੇਖ ਲਈਏ ਲੱਗਿਆ ਹੋਇਆ ਕਿ ਨਾ। ਓਕੇ ਆਟੋ ਭਈਆ ਔਨ ਆ, ਲਾਈਟ ਹੈਗੀ ਆ, ਮੋਟਰ ਹੁਣ ਚੱਲ ਪੈਣੀ ਆ। ਇਹ ਰਹੀ ਜੀ ਮੋਟਰ, ਮੋਟਰ ਦਾ ਹਾਲ ਦੇਖ ਲਓ, ਜਿਹੜੀ ਕਿ ਇੱਥੇ ਪਹਿਲਾਂ ਮੋਨੋ ਬਲੌਕ ਮੋਟਰ ਲੱਗੀ ਹੁੰਦੀ ਸੀ, ਇਸ ਦੇ ਵਿੱਚ ਅਸੀਂ ਇਹਨੂੰ ਬਾਅਦ 'ਚੋਂ ਲਾਤੀ ਸੀ, ਮੱਛੀ ਮੋਟਰ ਪਾਤੀ ਸੀ। ਦੇਖੋ ਜੀ ਥੋੜ੍ਹੀ ਜਿਹੀ ਪਾਈਪ ਲੀਕ ਹੈ ਇੱਥੋਂ, ਛੋਟਾ ਬੱਚਾ ਰਹਿ ਗਿਆ ਕਮਰੇ ਦਾ, ਵੱਡਾ ਕਮਰਾ ਆਪਣੀ ਨਿਸ਼ਾਨੀ ਛੱਡ ਗਿਆ, ਜਿਹਦੇ ਉੱਤੇ ਕਿ ਛੋਟਾ ਮੋਟਾ ਸਮਾਨ ਪਿਆ, ਕੁਛ ਤਾਰਾਂ ਵਗੈਰਾ, ਅਤੇ ਜਿਹੜੀਆਂ ਕਦੇ ਅੱਗੇ ਪਿੱਛੇ ਗਰਮੀ ਸਰਦੀ ਕੰਮ ਆ ਜਾਂਦੀਆਂ। ਅਤੇ ਸਾਡੇ ਮੀਟਰ ਦੇ ਹਾਲ ਕੁਛ ਇਸ ਤਰ੍ਹਾਂ ਨੇ, ਜਿਹੜਾ ਕਿ ਮੀਟਰ ਇਹਦੇ ਵਿੱਚ ਹੈ ਹੀ ਨਹੀਂ, ਇੱਥੋਂ ਗਾਇਬ ਹੋ ਗਿਆ। ਮੋਟਰ ਚਲਾਏ ਜੀ, ਅਤੇ ਨੱਕਾ ਆਪਣਾ ਥੋੜ੍ਹਾ ਜਿਹਾ ਫਿਲਹਾਲ ਨੀਕ ਆ, ਇੱਕ ਨਟ ਦੀ ਕਮੀ ਹੋਣ ਕਰਕੇ ਫਿਲਹਾਲ ਬਸ ਇੰਨਾ ਹੈ ਕਿ ਆਪਣਾ ਕੰਮ ਚੱਲਦਾ ਇਹਦੇ ਨਾਲ। ਆਪਾਂ ਆ ਗਏ ਜੀ ਅੱਗੇ ਖੇਤ, ਅਤੇ ਇੱਥੇ ਆਪਣੀ ਮੋਟਰ ਦੇ ਉੱਥੋਂ ਉੱਧਰੋਂ ਆ ਕੇ ਆਪਣੀ ਪਾਈਪਲਾਈਨ ਦਾ ਪਾਣੀ ਇੱਥੋਂ ਘਧਾਤੀ ਦੇ ਨੀਚੇ ਦੀ ਇੱਥੇ ਨਿਕਲਦਾ, ਅਤੇ ਪੈ ਰਿਹਾ ਆਪਣੇ ਝੋਨੇ 'ਚ ਇੱਧਰ ਖੇਤ। ਅਤੇ ਇੱਕ ਹੋਰ ਤੁਹਾਨੂੰ ਚੀਜ਼ ਦਿਖਾਉਂਦੇ ਹਾਂ, ਬਹੁਤ ਪੁਰਾਣੀ ਚੀਜ਼ ਹੈ, ਜਿਹੜੇ ਮਤਲਬ ਹਾਲਤ ਫਿਲਹਾਲ ਤਾਂ ਬਹੁਤ ਜ਼ਿਆਦਾ ਖਸਤਾ, ਉਹ ਹੈ ਜਿੰਦਰੀ, ਜਿਹੜੇ ਕਿ ਪਾਪਾ ਹੋਰਾਂ ਨੇ ਜਦੋਂ ਆਪਣੇ ਟਾਈਮ ਦਾ ਪਹਿਲਾ ਆਸ਼ਾ ਟਰੈਕਟਰ ਲਿਆ ਸੀ ਉਦੋਂ ਦੀ ਆ। ਹੁਣ ਵਿਚਾਰੀ ਇੱਥੇ ਖੇਤ ਹੀ ਪਈ ਰਹਿੰਦੀ ਆ, ਅਤੇ ਕਦੇ ਹਾੜੀ ਸੋਹਣੀ ਬੱਟ ਛੋਟੀ ਮੋਟੀ ਬੱਟ ਪਾਉਣ ਨੂੰ ਕੰਮ ਦੇ ਜਾਂਦੀ ਆ। ਖੇਤ ਦਾ ਰਾਊਂਡ ਕੱਢ ਲਿਆ ਇੱਕ, ਸਾਰੀਆਂ ਫਸਲਾਂ ਸੋਹਣੀਆਂ, ਸਭ ਦੀਆਂ ਸੋਹਣੀਆਂ ਨੇ, ਝੋਨਾ ਵੀ ਅਤੇ ਨਰਮਾ ਵੀ। ਅਤੇ ਬਸ ਪਰਮਾਤਮਾ ਨੂੰ ਇੱਕੋ ਅਰਦਾਸ ਕਰਿਓ ਕਿ
ਇਸ ਮੌਸਮ ਤੇ ਇਸ ਰੁੱਤ ਤੇ ਮੀਂਹ ਨਾ ਪਵੇ, ਕਿਉਂਕਿ ਮੀਂਹ ਬਹੁਤ ਜ਼ਿਆਦਾ ਖਲਾਰਾ ਪਾਉਂਦਾ ਹੈ ਤੇ ਪਲ ਝੜ ਜਾਂਦਾ ਹੈ, ਤੇ ਜੇ ਨਰਮਾ ਆਪਣਾ ਡਿੱਗ ਜਾਂਦਾ ਮਤਲਬ ਝੱਖੜ ਨਾਲ ਤਾਂ ਅੱਧੇ ਅੱਧੋ ਜ਼ਿਆਦਾ ਟਿੰਡਾ ਖਰਾਬ ਹੋ ਜੂਗਾ, ਤੇ ਉਸ ਦੇ ਨਾਲ ਝਾੜ ਬਹੁਤ ਘੱਟਦਾ ਤੇ ਪਹਿਲੀ ਜੱਟਾਂ 'ਚ ਤਾਂ ਹਾਲਤ ਖਸਤਾ ਆ। ਤਾਂ ਕਮੈਂਟ 'ਚ ਵੀ ਤੁਸੀਂ ਵਾਹਿਗੁਰੂ ਜ਼ਰੂਰ ਲਿਖ ਦਿਓ ਤੇ ਅਰਦਾਸ ਕਰਿਓ ਬਾਬੇ ਨੂੰ ਕਿ ਮੀਂਹ ਨਾ ਆਵੇ। ਇੱਧਰ ਸ਼ੂਟਿੰਗਾਂ ਚੱਲ ਰਹੀਆਂ, ਵਿਚਾਰਾ ਔਖਾ ਹੋ ਕੇ ਝੋਨੇ 'ਚ ਬੈਠ ਕੇ ਕਦੇ ਉੱਠ ਕੇ ਵੀਡੀਓ ਬਣਾ ਰਿਹਾ। ਇਹ ਸਾਡਾ ਟਿਕਟੋਕਰ ਰਹਿ ਚੁੱਕਿਆ ਪਹਿਲਾਂ, ਹੁਣ ਇਹਨੂੰ ਇੰਸਟਾਗ੍ਰਾਮ ਦੀਆਂ ਰੀਲਾਂ ਦਾ ਕਾਫੀ ਚਾਅ ਆ। ਮੇਰਾ ਵੀਰ ਛੋਟਾ ਜਿਹਾ ਗਾਣਾ ਸੁਣਾ ਰਿਹਾ, ਦੋ ਲੈਣਾ ਆਉਣ ਦੇ। ਚੱਲ ਸੁਣਾ, ਕੋਈ ਨਾ, ਸੀਰੀਅਸ ਹੋ ਗਏ। ਤੈਨੂੰ ਲੱਗਦਾ ਹੁਣ ਆਪਾਂ ਚੱਲਦੇ ਹਾਂ ਵਾਪਸ ਆਪਣੇ ਪਿੰਡ ਅਤੇ ਜਾ ਕੇ ਮਿਲਦੇ ਹਾਂ ਗਗਨ ਨੂੰ ਅਤੇ ਕਰਦੇ ਹਾਂ ਡਿਸਕਸ, ਅਤੇ ਤੁਹਾਨੂੰ ਜਲਦੀ ਦੱਸਦੇ ਹਾਂ ਅਤੇ ਸਾਡਾ ਆਉਣ ਵਾਲਾ ਪ੍ਰੋਜੈਕਟ ਅੱਗੇ ਕੀ ਆ ਅਤੇ ਕੀ ਸਾਡੀ ਸਕੀਮ ਆ। ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੀਰ ਬਣ ਕੇ, ਅਤੇ ਜਿਹੜੇ ਨਵੇਂ ਵੀਰ ਚੈਨਲ 'ਤੇ ਆਏ ਆ, ਚੈਨਲ ਨੂੰ ਦੇਖ ਰਹੇ ਨੇ, ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਪਹੁੰਚ ਗਿਆ ਜੀ ਪਿੰਡ ਵਾਪਸ, ਗਗਨ ਕੋਲ ਆ ਗਿਆ ਅਤੇ ਉਮੀਦ ਕਰਦਾ ਗਗਨ ਇੱਥੇ ਹੀ ਹੋਊਗਾ ਸ਼ੋਪ 'ਤੇ। ਹਾਂਜੀ ਪਹੁੰਚ ਗਏ ਆਪਾਂ ਗਗਨ ਕੋਲ, ਗਗਨ ਆਪਾਂ ਨੂੰ ਮਿਲ ਗਿਆ ਮੌਕੇ 'ਤੇ ਸ਼ੋਪ 'ਤੇ, ਇੱਥੇ ਅੰਦਰ ਹੀ ਬੈਠਾ ਸੀ। ਅਤੇ ਪਹਿਲਾਂ ਤਾਂ ਮੈਂ ਵੈਸੇ ਕਾਲ ਕਰਕੇ ਤੁਰਿਆ ਸੀ ਘਰੋਂ ਇਹਨੂੰ, ਕਿਉਂ ਨਾ ਤਾਂ ਫਿਰ ਮੈਨੂੰ ਖੇਤ ਜਾਣਾ ਪੈ ਗਿਆ ਸੀ, ਮੈਂ ਦੁਬਾਰਾ ਇਹਦੇ ਨਾਲ ਗੱਲ ਨਹੀਂ ਕਰੀ ਸੀ ਕਿ ਇੱਥੇ ਆ ਕਿ ਕਿਸੇ ਪਾਸੇ ਚਲਾ ਗਿਆ। ਤਾਂ ਕਰਦੇ ਹਾਂ ਡਿਸਕਸ ਆਪਾਂ ਸ਼ੋਰਟ ਮੂਵੀਜ਼ ਬਾਰੇ, ਜਿਹਦੇ 'ਚ ਕਿ ਗਗਨ ਦਾ ਕਾਫੀ ਐਕਸਪੀਰੀਅੰਸ ਰਹਿ ਚੁੱਕਿਆ ਪਹਿਲਾਂ ਕਿ ਸ਼ੋਰਟ ਮੂਵੀਜ਼ 'ਚ। ਇਹ ਤਾਂ ਬਹੁਤ ਵਧੀਆ ਚੈਨਲ ਸੀਗਾ ਅਤੇ 100K+ ਸਬਸਕ੍ਰਾਈਬਰ ਸੀ ਜਿਹਦੇ 'ਚ, ਕਾਫੀ 1 ਮਿਲੀਅਨ ਸੀਗੇ ਉਹਨਾਂ ਦੇ ਵਿਊ ਆਏ ਹੋਏ ਸੀਗੇ, ਅਤੇ ਇਹਨੂੰ ਬਹੁਤ ਸਟੈਗਮੈਂਟ ਕਰਕੇ ਯੂਟਿਊਬ ਤੋਂ ਗਾਇਬ ਹੋ ਗਿਆ ਸੀਗਾ, ਅਤੇ ਬਹੁਤ ਦੁੱਖ ਹੋਇਆ ਸੀ ਬਾਈ ਨੂੰ। ਅਸੀਂ ਦੁਬਾਰਾ ਸੋਚ ਰਹੇ ਸੀ ਕਿ ਕੋਈ ਚੈਨਲ ਸਟਾਰਟ ਕਰ ਲਈਏ। ਤਾਂ ਹਾਂ ਬਾਈ, ਕਿਵੇਂ ਲੱਗਾ ਸੀ ਮੇਰੇ ਗਾਇਬ ਹੋ ਗਿਆ ਚੈਨਲ ਯੂਟਿਊਬ ਤੋਂ? ਚੱਲ ਕੋਈ ਨਾ, ਆਪਾਂ ਦੁਬਾਰੇ ਬਣਾ ਦਿਆਂ, ਕੱਲ੍ਹ ਤਾਂ ਸਾਥ ਜ਼ਰੂਰ ਦਿੰਦੇ ਰਹੋ ਵੀਰ ਬਣ ਕੇ। ਕੱਲ੍ਹ ਮੈਂ ਕਿਸੇ ਨੇ ਨਹੀਂ ਦੇਖੀ, ਤਾਂ ਆਪਾਂ ਹੁਣੇ ਸਟਾਰਟ ਕਰਦੇ ਹਾਂ, ਫਿਰ ਸਕ੍ਰਿਪਟ ਲਿਖਣ ਦੀ ਤਿਆਰੀ ਆ, ਪੇਜ ਲੈ ਲਿਆ। ਮੈਂ ਬੋਲਣੀ ਹੈ, ਤੂੰ ਲਿਖਣੀ ਹੈ, ਮੇਰੀ ਲਿਖਾਈ ਬਹੁਤ ਗੰਦੀ ਹੈ, ਚੱਪ ਕੱਢ ਦਿੰਦੇ ਆਪਾਂ, ਕੀੜੇ ਛੱਡਦੀ ਰਬੇੜ ਕੇ ਛਾਈ 'ਚ। ਲਗਭਗ 1.5 ਘੰਟਾ ਬੀਤ ਚੁੱਕਿਆ, ਸਕ੍ਰਿਪਟ ਹਲੇ ਲਿਖ ਰਹੇ ਹਾਂ ਅਸੀਂ ਅਤੇ ਹਲੇ ਪੂਰੀ ਨਹੀਂ ਹੋਈ ਆ, ਅਤੇ ਕਾਫੀ ਮਿਹਨਤ ਲੱਗਦੀ ਆ। ਤਾਂ ਵੀਰ ਬਣ ਕੇ ਸਪੋਰਟ ਕਰਿਆ ਕਰੋ, ਤਾਂ ਐਫਰਟ ਤਾਂ ਕੋਈ ਵੀ ਕੰਮ ਆ ਲੱਗਦੀ ਲੱਗਦਾ ਆ, ਮਿਹਨਤ ਤਾਂ ਆਪਾਂ ਨੂੰ ਕਰਨੀ ਪਊਗੀ ਜੇ ਆਪਾਂ ਇਹੋ ਜਿਹਾ ਕੰਮ ਕਰ ਰਹੇ ਹਾਂ ਤਾਂ। ਸਕ੍ਰਿਪਟਿੰਗ ਜਾ ਰਹੀ ਆ, ਵਿੱਚ ਛੋਟਾ ਜਿਹਾ ਪ੍ਰੋਟੀਨ ਦਾ ਬ੍ਰੇਕ ਲੈ ਲਿਆ ਜੀ। ਹਾਂਜੀ, ਪ੍ਰੋਟੀਨ ਦੇ ਸੋਰਸ ਖਾਣ ਤੋਂ ਬਾਅਦ ਸਾਨੂੰ ਪਕੌੜੇ ਮਿਲ ਗਏ ਖਾਣ ਨੂੰ। ਤਾਂ ਮੀਂਹ ਦਾ ਮੌਸਮ ਸੀ ਯਾਰ, ਇਹੋ ਜਿਹੇ ਮੌਸਮ 'ਚ ਬਹੁਤ ਸਵਾਦ ਲੱਗਦੇ ਆ, ਤਾਂ ਖਾ ਲਿਆ ਕਰੋ ਰੱਜ ਕੇ ਯਾਰ, ਆਪਾਂ ਕਿਹੜਾ ਰੋਜ਼ ਖਾਣੇ ਹੁੰਦੇ ਆ, ਚੱਕ ਲਿਆ ਕਰੋ ਫੱਟੇ ਪਕੌੜੇ। ਸਕ੍ਰਿਪਟ ਹੋ ਗਈ ਆਪਣੀ ਲਗਭਗ ਤਿਆਰ, ਅਤੇ ਥੋੜ੍ਹੀ ਬਹੁਤੀ ਰਹਿੰਦੀ ਆ, ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਨੂੰ ਵੀ ਘਰੋਂ ਫੋਨ ਆ ਗਿਆ ਘਰੇ ਜਾਣਾ ਆ ਕੰਮ ਹੈ, ਅਤੇ ਬਾਕੀ ਰਹਿੰਦੀ ਸਕ੍ਰਿਪਟ ਆਪਾਂ ਕੱਲ੍ਹ ਪੂਰੀ ਕਰ ਦਾਂਗੇ ਥੋੜ੍ਹੀ, ਅਤੇ ਜਗ੍ਹਾ ਵੀ ਡਿਸਾਈਡ ਹੋ ਗਈ, ਲੋਕੇਸ਼ਨ ਕਿੱਥੇ ਆਪਾਂ ਸੀਨ ਕਰਨੀ ਆ ਅਗਲੀ ਆਪਣੀ ਉਹ ਜੋ ਸਟੋਰੀ ਆ। ਤਾਂ ਅਸੀਂ ਨਵੇਂ ਚੈਨਲ ਦਾ ਲਿੰਕ ਦੇਵਾਂਗੇ ਡਿਸਕ੍ਰਿਪਸ਼ਨ 'ਚ, ਅਤੇ ਤੁਹਾਨੂੰ ਨਾਲ ਹੀ ਇੱਥੇ ਸਕਰੀਨਸ਼ੋਟ ਸ਼ੋ ਕਰ ਦਾਂਗੇ ਚੈਨਲ ਦਾ, ਵੀਰ ਬਣ ਕੇ ਤੁਸੀਂ ਸਾਰੇ ਐਡਵਾਂਸ 'ਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਸਟੋਰੀ ਬਹੁਤ ਹੀ ਜ਼ਿਆਦਾ ਸੋਹਣੀ ਹੋ ਰਹੀ ਆ, ਤੁਹਾਨੂੰ ਤਾਂ ਲਿਖਦੇ ਟਾਈਮ ਹੀ ਸਾਡੀਆਂ ਅੱਖਾਂ 'ਚ ਪਾਣੀ ਆ ਗਿਆ, ਅਤੇ ਤੁਸੀਂ ਵੀ ਜਦੋਂ ਦੇਖੋਗੇ ਤੁਸੀਂ ਐਪਰੀਸ਼ੀਏਟ ਕਰੋਗੇ, ਬਹੁਤ ਸੋਹਣੀ ਸਟੋਰੀ ਆ ਵੀਰ ਬਣ ਕੇ। ਅਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ, ਅਤੇ ਦੂਸਰੇ ਦਾ ਵੀ ਲਿੰਕ ਜਿਹੜਾ ਅਸੀਂ ਦੇਵਾਂਗੇ ਉਹਨੂੰ ਸਬਸਕ੍ਰਾਈਬ ਕਰਿਓ, ਅਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਵੀਰ ਬਣ ਕੇ, ਅਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿ ਵੀਡੀਓ ਤੁਹਾਨੂੰ ਜਾਂ ਮੇਰੇ ਬਲੌਗ ਨੂੰ ਕਿੱਦਾਂ ਦੇ ਲੱਗਦੇ ਆ। ਐਵੇਂ ਨਾ ਕਮੀਆਂ ਪੇਸ਼ੀਆਂ ਯਾਰ ਤੁਸੀਂ ਦੱਸੋਗੇ ਨਾ ਤਾਂ ਸਾਨੂੰ ਪਤਾ ਲੱਗੂਗਾ, ਕਿਉਂਕਿ ਅਸੀਂ ਆਪਦੇ ਵੱਲੋਂ ਕੋਈ ਚੀਜ਼ ਬਣਾਵਾਂਗੇ, ਸਾਡੇ ਭਾਜੀ ਤਾਂ ਉਹ ਸਿਉਣਾ। ਹਾਂਜੀ, ਤੁਸੀਂ ਦੱਸਣਾ ਵੀ ਕੀ ਉਹ ਕਮੀ ਆ ਨਾ, ਉਹ ਚੀਜ਼ ਨੂੰ ਅਬਜ਼ਰਵ ਕਰਾਂਗੇ, ਤਾਂ ਉਹਨੂੰ ਅੱਗੇ ਤੋਂ ਬੈਟਰ ਕਰਾਂਗੇ। ਮਿਹਨਤ ਬਹੁਤ ਲੱਗਦੀ ਹੈ ਵੀਰ ਬਣ ਕੇ, ਐਪਰੀਸ਼ੀਏਟ ਕਰਦਿਆ ਕਰੋ, ਥੋੜ੍ਹਾ ਮੋਟੀਵੇਟ ਹੋ ਜਾਂਦੇ ਹਾਂ ਅਸੀਂ ਤੁਹਾਡੇ ਇੱਕ ਕਮੈਂਟ ਨਾਲ, ਤੁਹਾਡਾ ਕੁਛ ਨਹੀਂ ਆਉਂਦਾ ਸਾਨੂੰ ਹੌਸਲਾ ਹੋ ਜਾਂਦਾ। ਤਾਂ ਹੁਣ ਮਿਲਦੇ ਹਾਂ ਨੈਕਸਟ ਬਲੌਗ 'ਚ, ਅਤੇ ਜਲਦੀ ਵੀਡੀਓ ਤੁਹਾਨੂੰ ਜਿਹੜੀ ਆਉਣ ਵਾਲੀ ਆ, ਤੁਹਾਨੂੰ 1 ਹਫ਼ਤਾ ਜਾਂ 8-10 ਦਿਨਾਂ 'ਚ ਤੁਹਾਨੂੰ ਅਸੀਂ ਤਿਆਰ ਕਰਕੇ ਪੇਸ਼ ਕਰਾਂਗੇ, ਅਤੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਜਿਹੜੇ ਨਵੇਂ ਵੀਰ ਆਏ ਆ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਤਾਂ ਮਿਲਦੇ ਹਾਂ, ਉਹ ਵਾਲਾ ਚੈਨਲ ਆਪਣਾ ਸਪੈਸ਼ਲ ਮਤਲਬ ਵੀਡੀਓ ਵਗੈਰਾ ਕੋਈ ਇਹਦਾ ਸਟੋਰੀ ਵਗੈਰਾ ਉਹ ਵੀ ਪਾਇਆ ਕਰਾਂਗੇ, ਇਹ ਬਲੌਗ ਵਾਲਾ ਚੈਨਲ। ਹਾਂਜੀ, ਉਹ ਤਾਂ ਸਿਰਫ ਸ਼ੋਰਟ ਮੂਵੀਜ਼ ਹੋਣੀਆਂ ਆਪਣੇ ਨਵੇਂ ਚੈਨਲ 'ਤੇ, ਬਹੁਤ ਸੋਹਣੀ ਇੰਟਰਸਟਿੰਗ ਸਕ੍ਰਿਪਟ ਤਿਆਰ ਕਰਕੇ
ਬਹੁਤ ਸੋਹਣੇ ਪ੍ਰੋਫੈਸ਼ਨਲ ਤਰੀਕੇ ਨਾਲ ਤੁਹਾਨੂੰ ਪੇਸ਼ ਕਰਾਂਗੇ। ਤਾਂ ਉਮੀਦ ਕਰਦਾ ਤੁਸੀਂ ਜ਼ਰੂਰ ਪਿਆਰ ਦਿਓਗੇ ਅਤੇ ਅੱਗੇ ਤੋਂ ਬਣੇ ਰਹੋ ਸਾਡੇ ਨਾਲ। ਧੰਨਵਾਦ। ਕਾਲਜੇ ਮਚਾ ਦਿਆਂਗੇ, ਸ਼ੇਸ਼ਨਾਗ ਲੜਾ ਦਿਆਂਗੇ, ਅਸੀਂ ਤੁਰੇ ਜਾਂਦੇ ਕਦੇ ਅਗਲਾ ਵਲੋਗ ਬਣਾ ਦਿਆਂਗੇ। ਅਤੇ ਹਾਂਜੀ ਮਿੱਤਰੋ, ਹੌਲੀ ਹੌਲੀ ਗੱਲ ਬਣ ਜਾਣੀ ਆ, ਤਾਂ ਸ਼ੁਰੂਆਤ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਔਖੀ ਹੁੰਦੀ ਆ। ਤਾਂ ਫਿਲਹਾਲ ਇੱਕ ਵਾਰੀ ਹਜੇ ਆਪਣਾ ਨਵਾਂ ਨਵਾਂ ਕੰਮ ਆ, ਪਲੀਜ਼ ਦੱਬ ਕੇ ਸਪੋਰਟ ਕਰਦਿਆ ਕਰੋ ਵੀਰ ਬਣ ਕੇ, ਵੀਡੀਓ ਨੂੰ ਲਾਈਕ ਕਰਦਿਆ ਕਰੋ, ਵੀਡੀਓ ਤੋਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਵੇਂ ਦੀ ਲੱਗੀ, ਜੇ ਕੋਈ ਕਮੀ ਲੱਗਦੀ ਹੁੰਦੀ ਆ ਤੁਸੀਂ ਉਹ ਵੀ ਦੱਸ ਦਿਆ ਕਰੋ।